ਅੱਛਾ ਤੁਸੀਂ ਪ੍ਰੈਫਰੈਂਸ ਚੰਡੀਗੜ੍ਹ ਨੂੰ ਕੱਟ ਦਿੰਨੇ ਹੋ ਪਿੰਡ ਨੂੰ ਜਿਆਦਾ ਪਿੰਡ 'ਚ ਰਹਿੰਦੇ ਕਹਿੰਦੇ ਜਿਨ੍ਹਾਂ ਵੀ ਗੁੱਗੂ ਗਿੱਲ ਨੂੰ ਮਿਲਣਾ ਹੋਵੇ ਪਿੰਡ ਜਾਓ ਸੋ ਪਿੰਡ ਨਾਲ ਫੜਾ ਖਾਸ ਪਿਆਰ ਹੈ ਕਦੇ ਐ ਨਹੀਂ ਵੀ ਮੈਂ ਚੰਡੀਗੜ੍ਹ ਕੋਠੀ ਬਣਾਵਾ ਤੇ ਉੱਥੇ ਰਵਾਂ ਤੇ ਇੱਥੇ ਆਪਣਾ ਪੱਕਾ ਅੱਡਾ ਰੱਖਾਂ ਐਸਾ ਕੋਈ ਸੋਚੇ ਇੱਥੇ ਰਹਿਣਾ ਮੈਨੂੰ ਪਸੰਦ ਹੀ ਨਹੀਂ ਸਹੀ ਪੁੱਛੋ ਤਾਂ ਇੱਥੇ ਮੇਜੇ ਕੰਮ ਕਰਨਾ ਤੁਸੀਂ ਉੱਥੇ ਇਹ ਜ਼ਰੂਰੀ ਨਹੀਂ ਜਿੱਥੇ ਸ਼ੂਟਿੰਗ ਹੁੰਦੀ ਹੈ ਹਮ ਹਰ ਆਰਟਿਸਟ ਨੂੰ ਉੱਥੇ ਜਾਣਾ ਪੈਂਦਾ ਹੈ ਚੰਡੀਗੜ੍ਹ ਹੁੰਦੀ ਨਹੀਂ ਹਰ ਫਿਲਮ ਦੀ ਕਈ ਵਾਰੀ Rajasthan ਹੁੰਦੀ ਹੈ ਕਈ ਵਾਰੀ ਪਹਾੜ ਤੇ ਹੁੰਦੀ ਹੈ ਕਈ ਵਾਰੀ ਕਈ ਇਹਨੂੰ England UK ਵਗੈਰਾ ਜਾਣਾ ਪੈਂਦਾ ਹੈ ਅੱਜ ਕੱਲ ਕੋਈ ਵੀ ਆਰਟਿਸਟ ਚੰਡੀਗੜ੍ਹ ਪਰਮਾਨੈਂਟ ਸਾਰੇ ਨਹੀਂ ਰਹਿ ਰਹੇ ਕੋਈ ਆਪਣੇ ਆਪਣੇ ਸ਼ਹਿਰਾਂ 'ਚ ਰਹੇ ਰਹੇ ਕੋਈ ਕੈਨੇਡਾ ਬਹੁਤ ਸਾਰੇ ਸ਼ਿਫਟ ਹੋ ਗਏ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਅਮਰਿੰਦਰ ਗਿੱਲ ਸਾਹਿਬ ਨੇ ਬਿੰਨੂ ਢਿੱਲੋਂ ਵੀ ਰਹਿ ਗਏ ਇਸ ਤਰ੍ਹਾਂ ਕਰਕੇ ਹੋਰ ਰਹਿ ਗਏ ਰਾਣਾ ਰਣਵੀਰ ਵੀ ਉੱਥੇ ਨੇ ਹੋ ਰਵੇ ਹੈਗੇ ਕਈ ਤੁਸੀਂ ਜੇ ਆਪਾਂ ਸੋਚੀਏ ਤਾਂ ਪਤਾ ਲੱਗ ਜਾਣਾ ਤਾਂ ਇਸ ਤਰ੍ਹਾਂ ਬਹੁਤ ਸਾਰੇ ਆਰਟਿਸਟ ਬਾਹਰਲੇ ਮੁਲਕਾਂ ਚ ਜਿਹੜੇ ਹੈਗੇ ਉਹਨਾਂ ਨੂੰ ਵੀ ਉਸ ਵੇਲੇ ਹੀ ਹੋਣਾ ਪੈਂਦਾ ਜਦ ਸ਼ੂਟਿੰਗ ਰੱਖੀ ਹੁੰਦੀ ਹੈ ਤੇ ਮੈਂ ਤਾਂ 3-4 ਘੰਟੇ ਲੱਗਦੇ ਜੇ ਚੰਡੀਗੜ੍ਹ ਹੋਵੇ ਤਾਂ ਇੱਥੇ ਕਿਉਂਕਿ ਮੋਬਾਈਲ ਤੁਹਾਡੀ ਜੇਬ ਵਿੱਚ ਹੈ ਹਰ ਬੰਦੇ ਨਾਲ ਤੁਸੀਂ ਇਨ ਟੱਚ ਹੋ ਤਾਂ ਬਸ ਬਹੁਤ ਸਾਰੇ ਆਰਟਿਸਟ ਨੂੰ ਥੋੜੇ ਥ੍ਰੈਟਸ ਕਰਕੇ ਵੀ ਚਲੇ ਗਏ ਬਾਹਰ ਤੁਹਾਡੇ ਨਾਲ ਕਦੇ ਕੋਈ ਐਸਾ ਨਹੀਂ ਨਹੀਂ ਮੇਰੇ ਨਾਲ ਕੋਈ ਐਸੀ ਗੱਲ ਨਹੀਂ ਹੋਈ ਜੀ ਮੇਰੀ ਰਹੀ ਹੈ ਰੱਬ ਦੀ ਹਾਂ ਤੇ ਹੁਣ ਤੁਸੀਂ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਕੋਈ ਕੋਈ ਹੋਰ ਫਿਲਮ ਬਾਰੇ ਵੀ ਸੋਚਿਆ ਜਿਹੜਾ ਬਣ ਰਿਹਾ ਜੀ ਪ੍ਰੋਗਰਾਮ ਫਿਲਹਾਲ ਮੈਂ ਨਵੀਂ ਫਿਲਮ ਹਾਲੇ ਤਾਂ ਹੁਣ ਮੁਸ਼ਕਲ ਹੈ ਮੈਨੂੰ ਦੱਸਣਾ ਕਿਉਂਕਿ ਜੇ ਨਜ਼ਰ ਕਲੀਅਰ ਨਹੀਂ ਹੁੰਦੀਆਂ ਗੱਲਾਂ ਬਾਤਾਂ ਉਹ ਨਜ਼ਰ ਮੇਰੇ ਖਿਆਲ ਡਿਕਲੇਅਰ ਨਹੀਂ ਕਰਨਾ ਚਾਹੀਦਾ ਕੱਲ ਬਾਤ ਚੱਲ ਰਹੀ ਹੈ ਦੋਹਾਂ ਤਿੰਨਾਂ ਫਿਲਮਾਂ ਦੀ ਵੀ ਚੱਲ ਰਹੀ ਹੈ ਔਰ ਵੈਬ ਸੀਰੀ ਸਾਡੀ ਜਿਸ ਤਰ੍ਹਾਂ ਸ਼ਿਕਾਰੀ ਹੈ ਇਹਦਾ ਅਗਲਾ ਪਾਰਟ ਤਾਂ ਬਣਨੇ ਬਣਨਾ ਹੈ ਤੇ ਇਸ ਤਰ੍ਹਾਂ ਦਾ ਤਿੰਨ ਕੁ ਫਿਲਮਾਂ ਮੈਂ ਕੋਸ਼ਿਸ਼ ਹੁੰਦੀ ਹੈ ਦੋ ਤੋਂ ਤਿੰਨ ਫਿਲਮਾਂ ਦੇ ਵਿੱਚ ਜੇ ਸ਼ੂਟਿੰਗ ਕਰ ਸਕਾਂ ਸਾਲ ਦੇ ਵਿੱਚ ਨਹੀਂ ਤਾਂ ਦੋ ਤਾਂ ਤਕਰੀਬਨ ਹੋ ਹੀ ਜਾਣੀਆਂ ਤੇ ਇੱਕ ਅੱਧੀ ਵੈਬ ਸੀਰੀ ਇਸ ਤਰ੍ਹਾਂ ਦਾ ਕੁਝ ਅੱਛਾ ਅੱਜ ਕੱਲ੍ਹ ਗਿੱਲ ਸਾਹਿਬ ਬਹੁਤ ਸਾਰੇ ਸਟਾਰਸ ਤੁਹਾਡੇ ਕਲੀਗਜ਼ ਬਹੁਤ ਸਾਰੇ ਐਸੇ ਨੇ ਜਿਹੜੇ ਪੋਲਿਟਿਕਸ 'ਚ ਮੂਵ ਕਰ ਗਏ ਕਦੇ ਤੁਹਾਨੂੰ ਆਪਸ਼ਨ ਤਾਂ ਤੁਹਾਡੇ ਕੋਲ ਵੀ ਬਹੁਤ ਰਹੀਆਂ ਹੋਈਆਂ ਬਹੁਤ ਸਾਰੇ ਕੁਝ ਸੋਚਿਆ ਨਹੀਂ ਕਿ ਮੈਂ ਵੀ ਕਦੇ MP ਬਣਾ ਜਾਂ MLA ਚੋਂ ਲੜਾਂ ਜਾਂ ਕਦੇ ਪੁੱਛਦੇ ਰਹਿੰਦੇ ਆ ਜੀ ਕਈ ਵਾਰੀ ਕਈ ਸਾਡੇ ਮੈਂ ਜਿਸ ਤਰ੍ਹਾਂ ਤੁਸੀਂ ਤੁਹਾਡੇ ਫੈਨ ਹੁੰਦੇ ਆ ਆਮ ਲੋਗ ਇਸ ਤਰ੍ਹਾਂ ਦੇ ਪੋਲਿਟਿਸ਼ੀਨ ਵੀ ਤਾਂ ਆਖਰਕਾਰ ਇਨਸਾਨ ਹੀ ਨੇ ਨਾ ਹੋ ਸਕਿਆ ਫਿਰ ਮੋਂ ਵੀ ਵੇਖਦੇ ਆ ਕਈ ਵਾਰੀ ਉਹ ਹਾਸੇ ਖੇਡੇ ਚ ਵੀ ਪੁੱਛ ਲੈਂਦੇ ਆ ਵੀ ਹੈ ਕੋਈ ਮੂਡ ਤਾਂ ਸਹੀ ਪੁੱਛੋ ਤਾਂ ਮੈਂ ਸਿਆਸਤ ਵਾਲਾ ਬੰਦਾ ਹੀ ਨਹੀਂ ਕਿਉਂਕਿ ਤੁ ਤੁਸੀਂ ਜੇ ਟਾਈਮ ਹੀ ਨਾ ਦੇ ਸਕੋ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਨੂੰ ਮੈਨੂੰ ਇਹ ਵੀ ਯਕੀਨ ਹੈ ਮੇਰੇ ਪੈਣਪਰਾ ਫਿਲਮਾਂ ਦੇ ਵਿੱਚ ਇੰਨਾ ਪਿਆਰ ਦਿੰਦੇ ਆ ਤੇ ਜੇ ਇਲੈਕਸ਼ਨ ਲੜੀਏ ਤਾਂ ਜ਼ਰੂਰ ਹੋ ਇਧਰ ਵੀ ਮਾਨ ਦੇਣਗੇ ਤੇ ਪਰ ਜੇ ਤੁਸੀਂ ਉਹਨਾਂ ਦੀ ਸੇਵਾ ਉਸ ਢੰਗ ਨਾਲ ਨਾ ਕਰ ਸਕੋ ਟਾਈਮ ਨਾ ਦੇ ਸਕੋ ਤਾਂ ਫਿਰ ਕੀ ਫਾਇਦਾ ਇਹਦਾ ਬਹੁਤ ਸਾਰੇ ਸਟਾਰਸ ਨਾਲ ਐਸਾ ਹੋਇਆ ਵੀ ਹੈ ਕਿ ਉਹ ਨਹੀਂ ਦੇ ਸਕੇ ਤਾਂ ਫਿਰ ਲੋਕਾਂ ਦਾ ਫਿਰ ਲੋਕਾਂ ਨਰਾਜ਼ਗੀ ਹੋ ਜਾਂਦੀ ਹੈ ਫਿਰ ਤੁਸੀਂ ਸਟਾਰ ਦੇ ਤੌਰ ਤੇ ਵੀ ਉਹਨੇ ਪੌਪੂਲਰ ਨਹੀਂ ਰਹਿ ਜਾਂਦੇ ਉਸ ਚੀਜ਼ ਦਾ ਫਰਕ ਪਾ ਲੈਣ ਨੂੰ ਠੀਕ ਹੈ ਤਾਂ ਇਹ ਗੱਲ ਹੀ ਹੈ ਜੀ ਵੀ ਬਾਕੀ ਮੈਨੂੰ ਪੋਲਿਟਿਕਸ ਵਾਲੀ ਪਸੰਦ ਵੀ ਹੈ ਨਹੀਂ ਤੁਸੀਂ ਹਰ ਵੇਲੇ ਕਈ ਵੇਰੇ ਨਾ ਚਾਹੁੰਦੇ ਹੋਏ ਵੀ ਕਈ ਚੀਜ਼ਾਂ ਵੱਧ ਘੱਟ ਬੋਲੀਆਂ ਪੈ ਜਾਂਦੀਆਂ ਉਹ ਕਿਉਂਕਿ ਤੁਸੀਂ ਪੁਰਾਣੀ ਪੁਰਾਣੇ ਟਾਈਮ ਦੀ ਪੋਲਿਟਿਕਸ ਵੀ ਦੇਖੀ ਹੈ ਤੇ ਅੱਜ ਦੀ ਵੀ ਦੇਖੀ ਹੈ ਫਰਕ ਸਮਝਦੇ ਹੋ ਹਾਂ ਆ ਬਸ ਆਪਾਂ ਤੁਹਾਡੇ ਜਿਸ ਤਰ੍ਹਾਂ ਤੁਹਾਡੀ ਨਿਊਜ਼ ਤੇ ਹੀ ਸੁਣਦੇ ਰਹਿੰਦਾ ਕਿਸੇ ਨੇ ਕੁਝ ਬੋਲਿਆ ਕਿਸੇ ਨੇ ਕੁਝ ਬੋਲਿਆ ਇਹ ਕਾ ਸੋਸ਼ਲ ਮੀਡੀਆ ਵਿੱਚ ਇੱਕ ਨਵਾਂ ਫਾਣਾ ਇਹਦੇ ਵਿੱਚ ਲੋਕ ਆਪਣੀ ਮਰਜ਼ੀ ਨਾਲ ਹੀ ਕੁਝ ਨਾ ਕੁਝ ਹਮ ਕੁਝ ਨਵੀਂ ਚੀਜ਼ ਆ ਜਾਂਦੀ ਹੈ ਸੁਣਨ ਚ ਤੇ ਬਾਕੀ ਸਹੀ ਆਹੀ ਤੁਨ ਮੈਂ ਕਹਿ ਸਕਦਾ ਕਿ ਮੈਨੂੰ ਇਹ ਵਾਲੀ ਪਸੰਦ ਨਹੀਂ ਬਾਕੀ ਜਦ ਮੈਂ ਇਸ ਪਾਸੇ ਆਇਆ ਸੀ ਫਿਲਮਾਂ ਵਾਲੋ ਉਦੋਂ ਵੀ ਤਾਂ ਕੋਈ ਮੈਨੂੰ ਪਤਾ ਨਹੀਂ ਸੀ ਵੀ ਮੈਂ ਇਧਰ ਆਣਾ ਤੇ ਜੋ ਮਾਲਕ ਦਾ ਹੁਕਮ ਹੋਵੇ ਤਾਂ ਕੀ ਪਤਾ ਪੋਲਿਟਿਕਸ 'ਚ ਵੀ ਆ ਜਾਈਏ ਪਰ ਫਿਲਹਾਲ ਮੈਂ ਬਿਲਕੁਲ ਕਦੇ ਆਪ ਨਹੀਂ ਸੋਚਿਆ ਕਦੇ ਵੀ ਨਹੀਂ ਸੋਚਿਆ ਔਰ ਨਾ ਹੀ ਮੈਂ ਆਉਣਾ ਚਾਹਣਾ ਤੇ ਪੱਕਾ ਅੱਡਾ ਪਿੰਡ 'ਚ ਹੀ ਰਹਿਣਾ ਹੁਣ ਪਿੰਡ ਵਰਗੀ ਸਹੂਲਤ ਮੈਨੂੰ ਕਿਤੇ ਮਿਲਦੀ ਨਹੀਂ ਤਾਂ ਉਹ ਮਾਹੌਲ ਉਹ ਗੱਲਬਾਤ ਉਹ ਖੁੱਲਾ ਡੁੱਲਾ ਉਹ ਜ਼ਿਆਦਾ ਪਸੰਦ ਹੈ। ਹਮ ਚਲੋ ਮੈਂ ਆਪਣਾ ਆਖਰੀ ਨੋਟ ਤੇ ਹੁਣ ਆਪਾਂ ਗੱਲਬਾਤ ਨੂੰ ਖਤਮ ਕਰਨਾ ਹੈ ਜੇ ਕੋਈ ਇੱਕ ਡਾਇਲੋਗ ਕਿਸੇ ਹੋਰ ਫਿਲਮ ਦਾ ਜਿਹੜਾ ਤੁਹਾਨੂੰ ਬਹੁਤ ਪਸੰਦ ਆਵੇ। ਮੇਰੀ ਫਿਲਮ ਦਾ ਤੁਹਾਡੀ ਫਿਲਮ ਦਾ ਬਹੁਤ سارے ਡਾਇਲੋਗ ਨੇ ਇੱਕ ਇੱਕ ਫਿਲਮ ਸੀ ਮੇਰੀ ਅ ਅਣਖ ਜੱਟਾਂ ਦੇ ਜੀ ਉਹਦਾ ਡਾਇਲੋਗ ਸੀ ਸ਼ਾਇਦ ਸ਼ੇਰ ਸੌਂ ਜਾਏ ਤਾਂ ਚਿੜੀਆਂ ਵੀ ਆ ਕੇ ਉਹਦੇ ਸਿਰ ਤੇ ਖੇਡਣਾ ਸ਼ੁਰੂ ਕਰ ਦਿੰਦੀਆਂ ਨੇ ਸ਼ੇਰ ਸੌਂ ਜਾਏ ਤਾਂ ਚਿੜੀਆਂ ਵੀ ਆ ਕੇ ਉਸ ਦੇ ਸਿਰ ਤੇ ਖੇਡਣਾ ਸ਼ੁਰੂ ਕਰ ਦਿੰਦੀਆਂ ਨੇ ਤੇ ਸ਼ੇਰੂ ਦੇ ਬਦਮਾਸ਼ ਬਹਾਦਰੀ ਦੇ ਕisse ਔਰ ਤੁਹਾਨੂੰ ਸੁਣਾਉਣ ਲੱਗ ਪੈਂਦੇ ਨੇ ਹੁਣ ਮੇਰੀ ਬੰਦੂਕ ਇੰਨਾ ਬਾਰੂਦ ਉਗਲੇਗੀ ਕਿ ਤੈਨੂੰ ਸਿਰਫ ਸ਼ੇਰੂ ਦੇ ਘਰੋਂ ਉੱਠਣ ਵਾਲੀਆਂ ਮੌਤ ਦੀਆਂ ਹਿਚਕਿਆਂ ਦੀ ਆਵਾਜ਼ ਸੁਣਾਈ ਦੇਵੇਗੀ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਗਿਲ ਸਾਹਿਬ ਤੁਸੀਂ ਆਏ ਸਮਾਂ ਕੱਢਿਆ ਔਰ ਸ਼ੁਭ ਕਾਮਨਾਵਾਂ ਤੁਹਾਡੀ ਫਿਲਮ ਦੇ ਲਈ ਬਹੁਤ ਬਹੁਤ ਸ਼ੁਕਰੀਆ